संगत नू बेनती है भी कल दी एक ऑडियो घूम रही है मेरी ते भाई अमृतपाल सिंह मेहरों की कोई गलबात हुई है जेडी तुसी सुनी है वो थोड़े संगतां दे चरणां विच बेनती है भी कल मैनू तकरीबन ये प्रोग्राम होया महीने तो उपर हो गया तलवन असी दवान लाउण गए सी ते मैं गड्डी चला रहा सी ते मेरे नाल दी सीट ते मैं उही सिचुएशन च वीडियो तां बना रहा कि थोनू सारा पता लग जाए दो गड्डियां सी साडे नाल ते मैं गड्डी चला रहा सी मेरे नाल बैठे सी मूहरली सीट ते मैरों मैं कहा भी कोई नहीं आपां इन्हां नूं सत्कार क्योंकि मेरे मन च सिंघां दा बहुत सत्कार है जिहड़े पंथ लई कौम लई काम कर रहे हैं मैं मैरों नूं मूहरली सीट ते बहा के सुते ही असीं गल्लां कर रहे हैं सुबैकी उदां ही दुख सुख जिवें करदे हैं जां कोई गल उन्हां ने कीतीआं मैं गड्डी चला रहा मेरा ध्यान गड्डी चलाउण च मैनू नहीं पता मगर जेडे सिंह सीगे मगर सीगे छे जने चार बिचारड़ी सीट ते ते दो मगरली सीट ते उन्हां विचों दो बंदे सीगे नवे क्योंकि उस दिन साडे दीवान सी दो असी अद्धा जत्था भेजा सी किते होर ते अद्धा जत्था सीगा मेरे नाल तो जदों साडे दो दीवान हुंदे असी सिंह लै जाने पिंडां चो सद के भी चल तैनू जिन्नी सेवा उहनू ਭੇਟਾ ਦੇ ਦਿਆਂਗੇ ਵੀ ਸਾਡੇ ਨਾਲ ਤੂੰ ਭੁਖੰਡਣੇ ਬਜਾ ਦੀ ਜਾਂ ਸਾਡੇ ਨਾਲ ਗਾ ਦੀ ਜਾਂ ਸਾਡੇ ਨਾਲ ਚੱਲ ਉਹ ਅਸੀਂ ਦੋ ਸਿੰਘ ਉੱਤੇ ਨਵੇਂ ਭਾਈ ਸੀ ਉਹ ਗੱਡੀ ਚ ਮੇਰੇ ਨਾਲ ਇਧਰ ਬੈਠੇ ਸੀਗੇ ਹਰੇਕ ਨੂੰ ਐ ਹੁੰਦਾ ਵੀ ਮੈਂ ਨੇੜੇ ਬੈਠਾ ਕੋਈ ਗੱਲਬਾਤ ਕਰਨਗੇ ਮੈਨੂੰ ਪੁੱਛਣਗੇ ਦੱਸਣਗੇ ਹਰੇਕ ਨੂੰ ਹੁੰਦਾ ਉਹ ਬੱਚੇ ਮੇਰੇ ਨਾਲ ਇਧਰ ਬੈਠਾ ਇੱਕ ਮਗਰਲੀ ਸੀਟ ਤੇ ਜਿਹੜਾ ਨਵਾਂ ਸਿੰਘ ਹੈ ਹੁਣ ਹਨੇਰਾ ਸੀ ਗੱਡੀ ਚ ਬਿਲਕੁਲ ਬਲੈਂਕ ਮੈਂ ਗੱਡੀ ਚਲਾ ਰਿਹਾ ਰਾਤ ਦਾ ਟਾਈਮ ਹੈ ਉਹ ਬੱਚੇ ਨੇ ਵੀਡੀਓ ਕਿਤੇ ਇਹ ਆਡੀਓ ਰਿਕਾਰਡ ਕਰ ਲਈ ਮੋਬਾਈਲ ਉਹਦਾ ਉਹਨੇ ਦੱਸਿਆ ਵੀ ਕੋਲੇ ਸੀ ਪਰ ਉਹਨੇ ਉੱਪਰ ਕੱਪੜਾ ਪਾ ਲਿਆ ਜਿਵੇਂ ਪਰਨਾ ਤੇ ਅਸੀਂ ਜਾ ਕੇ ਗੱਲਾਂ ਕਰਦੇ ਗਏ ਉਹ ਲੰਮੀ ਰਿਕਾਰਡਿੰਗ ਉਦੋਂ ਨੂੰ ਅਸੀਂ ਪਹੁੰਚ ਗਏ ਤਲਵਣ ਦੁਆਬੇ ਚ ਪ੍ਰੋਗਰਾਮ ਸੀ ਤੁਸੀਂ ਤਲਵਣ ਵਾਲਿਆਂ ਨੂੰ ਪੁੱਛ ਵੀ ਸਕਦੇ ਹੋ ਵੀ ਕੱਠੇ ਆਏ ਸੀ ਉਹ ਸਾਡੀ ਨਾਨਕ ਸਰਕਲ ਦਾ ਯੂਟਿਊਬ ਚੈਨਲ ਤੇ ਲਾਈਵ ਹੋਇਆ ਸੀ ਦੀਵਾਨ ਹੁਣ ਬੇਨਤੀ ਇਹ ਵੀ ਉਹ ਕਿਸੇ ਨੇ ਮਹੀਨੇ ਬਾਅਦ ਮਹੀਨੇ ਤੋਂ ਵੀ ਉੱਪਰ ਟਾਈਮ ਹੈ ਕਿਉਂਕਿ ਮੇਰਾ ਨੌਜਵਾਨ ਭਤੀਜਾ ਖਤਮ ਹੋ ਗਿਆ ਸੀ ਮੈਂ 20-22 ਦਿਨ ਮੇਰੇ ਉਧਰ ਲੰਘੇ ਬਹੁਤ ਦੁੱਖ ਦੀ ਘੜੀ ਪਹਾੜ ਟੁੱਟਿਆ ਸਾਡੇ ਤੇ ਮੇਰੇ ਵੱਡੇ ਵੀਰ ਦਾ ਇੱਕੋ ਇੱਕ ਪੁੱਤਰ ਸੀ ਉਹ ਚੜਾਈ ਕਰ ਗਿਆ 20 ਸਾਲਾਂ ਦਾ ਬੱਚਾ ਚੜਾਈ ਕਰ ਗਿਆ ਤੋ ਸਾਡੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਸੀ ਸਾਨੂੰ ਕੋਈ ਇਹ ਗੱਲਾਂ ਸੁਝਦੀਆਂ ਰਿਕਾਰਡਿੰਗਾਂ ਕਰ ਲੋ ਤੇ ਕੁੱਤੇ ਕੰਮ ਕਰ ਲੋ ਦੂਜਾ ਇੰਨਾ ਕੁ ਤਾਂ ਮੈਂ ਅਣਜਾਣ ਨਹੀਂ ਹੈਗਾ ਵੀ ਜੇ ਅੱਜ ਕਿਸੇ ਦੀ ਤੁਸੀਂ ਰਿਕਾਰਡਿੰਗ ਕਰਦੇ ਹੋ ਕਾਨੂੰਨੀ ਜੁਰਮ ਹੈ ਤੇ ਬਿਲਕੁਲ ਬਹੁਤ ਵੱਡਾ ਇਹ ਕ੍ਰਾਈਮ ਹੈ ਕਿਸੇ ਦੀ ਰਿਕਾਰਡਿੰਗ ਕਰਨਾ ਜਾਂ ਲੀਕ ਕਰਨਾ ਤੋ ਇਸ ਵਿਚ ਬੇਨਤੀ ਹੈ ਵੀ ਮੈਂ ਮੇਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਚ ਮੇਰਾ ਕੋਈ ਕਸੂਰ ਨਹੀਂ ਮਹਿਰੋ ਸਾਹਿਬ ਦਾ ਕੋਈ ਕਸੂਰ ਨਹੀਂ ਹੈਗਾ ਇਹ ਚ ਕਸੂਰ ਹੈ ਉਸ ਬੱਚੇ ਦਾ ਜਿਹਨੇ ਰਿਕਾਰਡਿੰਗ ਕੀਤੀ ਜਾਂ ਮਹੀਨੇ ਸਵਾ ਮਹੀਨੇ ਬਾਅਦ ਇਹ ਵਾਇਰਲ ਕੀਤੀ ਮੈਨੂੰ ਤਾਂ ਕੱਲ ਮਹਿਰੋ ਸਾਹਿਬ ਦਾ ਫੋਨ ਆਇਆ ਕਹਿੰਦੇ ਬਾਬਾ ਜੀ ਆਹ ਤੁਸੀਂ ਚੰਗੀ ਨਹੀਂ ਕੀਤੀ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਆ ਮੈਂ ਤੁਹਾਨੂੰ ਭੇਜਣ ਲੱਗਿਆ ਸੁਣੋ ਜਦੋਂ ਮੈਂ ਸੁਣੀ ਤੇ ਮੈਂ ਸੱਚੀ ਗੱਲ ਦੱਸਦਾ ਮੇਰੇ ਪੈਰਾਂ ਉੱਤੇ ਜ਼ਮੀਨ ਨਿਕਲ ਗਈ ਮੈਂ ਕਹਿ ਅੱਡੀ ਗੱਲ ਹੋ ਗਈ ਮੇਰੇ ਤੇ ਤਾਂ ਇਕਦਮ ਇਹ ਸਾਰਾ ਇਲਜ਼ਾਮ ਮੇਰੇ ਤੇ ਆ ਗਿਆ ਤੋ ਇਸ ਕਰਕੇ ਸਾਧ ਸੰਗਤ ਵੀ ਉਹ ਚ ਕਸੂਰ ਨਹੀਂ ਕੋਈ ਮੇਰਾ ਉਹ ਬੱਚੇ ਨੇ ਜਿਹੜੀ ਸ਼ਰਾਰਤ ਕੀਤੀ ਉਹਦਾ ਮੁਰੰਮਤ ਵੀ ਹੋਈ ਉਹਦੀ ਤੇ ਪਰ ਜਿਵੇਂ ਉਹਦੇ ਘਰਦਿਆਂ ਨੇ ਉਹਦੀ ਮਾਂ ਪਿਓ ਨੇ ਤਰਲੇ ਕੀਤੇ ਵੀ ਇਹਨੂੰ ਘਰੇ ਤੁਸੀਂ ਨਾ ਲਿਜਾਇਆ ਕਰੋ ਇਹਨੂੰ ਘਰੇ ਭੇਜ ਦਿਓ ਵੀ ਕਿਉਂਕਿ ਉਹਨਾਂ ਨੂੰ ਐ ਹੋ ਗਿਆ ਵੀ ਹੁਣ ਸਾਡਾ ਬੱਚਾ ਫਸੂਗਾ ਤੇ ਇਸ ਕਰਕੇ ਉਹ ਇਹ ਸਾਰੀ ਗੱਲਬਾਤ ਹੋ ਗਈ ਹੈ ਤੇ ਇਸ ਕਰਕੇ ਮੈਨੂੰ ਮਾਫੀ ਦਿਓ ਤੁਸੀਂ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੇ ਉਹ ਬੱਚਾ ਸੀ ਵੀ ਉੱਤਰਾਖੰਡ ਦਾ ਕਿਉਂਕਿ ਮੇਰੇ ਕੋਲ ਉੱਤਰਾਖੰਡ ਦੇ ਸਿੰਘ ਹੋਰ ਵੀ ਹੈਗੇ ਆ ਜਦੋਂ ਸਾਨੂੰ ਸਿੰਘਾਂ ਦੀ ਲੋੜ ਹੁੰਦੀ ਹੈ ਅਸੀਂ ਫਿਰ ਬੁਲਾ ਲੈਂਦੇ ਹਾਂ ਵੀ ਉਧਰੋਂ ਸੱਦ ਲਓ ਵੀ ਹੁਣ ਦੀਵਾਨ ਜ਼ਿਆਦਾ ਹੈ ਤੇ ਆਪਾਂ ਐਡਜਸਟ ਕਰ ਲੈਂਦੇ ਹਾਂ ਇਸ ਕਰਕੇ ਸੰਗਤ ਜੀ ਬੇਨਤੀ ਹੈ ਵੀ ਉਹਦੇ ਵਿਚ ਕੋਈ ਕਸੂਰ ਨਹੀਂ ਹੈਗਾ ਫੇਰ ਵੀ ਮੈਂ ਸਿੱਖਾਂ ਤੋਂ
ਕੌਮ ਤੋਂ ਮਾਫੀ ਮੰਗਦਾ ਕਿਉਂਕਿ ਇਹਦੇ ਵਿਚ ਕਿਰਦਾਰ ਕੁਛ ਹੀ ਹੁੰਦੀ ਹੈ ਬੰਦੇ ਦੀ ਵੀ ਜੋਨੀ ਬਾਬੇ ਨੇ ਧੋਖਾ ਕੀਤਾ ਰਿਕਾਰਡਿੰਗ ਕੀਤੀ ਆ ਮਾਲਕ ਗੁਰੂ ਸਾਹਿਬ ਦੀ ਬਾਣੀ ਹੈ ਇੱਕ ਓਂਕਾਰ ਹੈ ਗੁਰੂ ਦੀ ਓਟ ਨੂੰ ਹੱਥ ਚ ਫੜ ਕੇ ਕਹਿਣਾ ਜੇ ਮੈਂ ਰਿਕਾਰਡਿੰਗ ਕੀਤੀ ਹੋਵੇ ਜਾਂ ਮੈਂ ਵਾਇਰਲ ਕੀਤੀ ਹੋਵੇ ਜਾਂ ਮੈਂ ਕੋਈ ਸ਼ਰਾਰਤ ਕੀਤੀ ਹੋਵੇ ਫਿਰ ਵੀ ਮੈਂ ਮਾਫ਼ੀ ਮੰਗਦਾ।